ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੈਂ ਅਮਰਦੀਪ ਬਾਠ, ਤੁਹਾਡਾ ਸਵਾਗਤ ਕਰਦਾ ਪ੍ਰੋਗਰਾਮ ਤੁਹਾਡਾ ਪਿੰਡ ਦੇ ਵਿੱਚ। ਇਸ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਲੈ ਕੇ ਜਾਂਦੇ ਹਾਂ ਪੰਜਾਬ ਦੇ ਵੱਖ ਵੱਖ ਪਿੰਡਾਂ 'ਚ, ਨਾਲੇ ਰੂਬਰੂ ਕਰਾਉਂਦੇ ਹਾਂ ਪੰਜਾਬ ਦੇ ਸੱਭਿਆਚਾਰ ਦੇ ਨਾਲ, ਪਿੰਡ ਦੀਆਂ ਗਲੀਆਂ ਦੀ ਸੈਰ ਕਰਦੇ ਹਾਂ, ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪਿੰਡ ਮੰਗਵਾਲ ਦੇ ਵਿੱਚ, ਜਿਹੜਾ ਕਿ ਡਿਸਟ੍ਰਿਕਟ ਸੰਗਰੂਰ 'ਚ ਪੈਂਦਾ ਅਤੇ ਇਹਨੂੰ ਮੇਨ ਸ਼ਹਿਰ ਵੀ ਪੈਂਦਾ ਸੰਗਰੂਰ ਸ਼ਹਿਰ। ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਇਸ ਪਿੰਡ ਨੂੰ ਦੋ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਆ, ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਅਤੇ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਜੀ। ਇਸ ਪਿੰਡ ਦੀ ਇੱਕ ਹੋਰ ਬੜੀ ਖਾਸ ਗੱਲ ਆ ਦੋਸਤੋ, ਕਿ ਪੰਜਾਬ ਦੇ ਵਿੱਚ ਤਕਰੀਬਨ ਇਹ ਇਕੱਲਾ ਇੱਕ ਇਹੋ ਜਿਹਾ ਪਿੰਡ ਆ ਜਿੱਥੇ ਹਰ ਘਰ ਦੇ ਵਿੱਚੋਂ ਤਕਰੀਬਨ ਸਾਰਿਆਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ, ਅਤੇ ਇੱਕ ਘਰ ਦੇ ਵਿੱਚੋਂ ਘੱਟੋ ਘੱਟ ਇੱਕ ਮੈਂਬਰ ਜਿਹੜਾ ਉਹ ਸਰਵਿਸਮੈਨ ਆ। ਇਸ ਪਿੰਡ ਦੇ ਵਿੱਚ ਹੋਰ ਵੀ ਕਈ ਖਾਸ ਚੀਜ਼ਾਂ ਨੇ, ਹੋਰ ਵੀ ਕਈ ਖਾਸ ਥਾਵਾਂ ਨੇ, ਸਮਾਧਾਂ ਨੇ, ਉਹ ਸਾਰੀਆਂ ਅਸੀਂ ਦੇਖਾਂਗੇ ਪਿੰਡ ਦੇ ਵਿੱਚ ਜਾ ਕੇ। ਪਹਿਲਾਂ ਕਰਦੇ ਹਾਂ ਪਿੰਡ ਦੀ ਸੈਰ, ਆ ਜਾਓ ਜੀ। ਇਸ ਮੌਕੇ ਸਾਡੇ ਨਾਲ ਪਿੰਡ ਮੰਗਵਾਲ ਦੇ ਵਸਨੀਕ ਸਰਦਾਰ ਰਘਵੀਰ ਸਿੰਘ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਪਿੰਡ ਦੇ ਇਤਿਹਾਸ ਬਾਰੇ ਜਾਣਦੇ ਹਾਂ। ਰਘਵੀਰ ਸਿੰਘ ਜੀ, ਸਭ ਤੋਂ ਪਹਿਲਾਂ ਸਾਨੂੰ ਆਪਣੇ ਬਾਰੇ ਕੁਛ ਦੱਸੋ ਜੀ। ਮੇਰਾ ਨਾਮ ਰਘਵੀਰ ਸਿੰਘ ਧਾਲੀਵਾਲ, ਮੈਂ BA ਪਾਸ ਹਾਂ 1985। BA ਪਾਸ ਕਰਨ ਤੋਂ ਬਾਗਰੋਂ ਮੈਂ ਆਪਣੇ ਖੇਤੀ ਦੇ ਰੁਝੇਵਿਆਂ 'ਚ ਰੁੱਝ ਗਿਆ। ਮੈਂ ਹੁਣ ਤੱਕ ਖੇਤੀ ਨਾਲ ਅਤੇ ਡੇਅਰੀ ਨਾਲ ਸੰਬੰਧਿਤ ਕੰਮ ਕਰਦਾ ਹਾਂ, ਅਤੇ ਫਿਲਹਾਲ ਹੁਣ ਮੈਂ ਆਪਣੇ ਬੱਚੇ ਪੜ੍ਹਾ ਰਿਹਾ ਹਾਂ। ਬੱਚਾ ਮੇਰਾ ਬੇਟਾ ਹੈਗਾ ਜਿਹੜਾ ਡਿਗਰੀ ਕਰ ਰਿਹਾ ਇਲੈਕਟ੍ਰੋਨਿਕ ਦੀ, ਅਤੇ ਬੇਟੀ ਮੇਰੀ ਮੈਡੀਕਲ ਕਰ ਰਹੀ ਹੈ। ਅਤੇ ਆਪਣੇ ਰਘਵੀਰ ਸਿੰਘ ਜੀ, ਪਿੰਡ ਦੇ ਇਤਿਹਾਸ 'ਤੇ ਥੋੜ੍ਹਾ ਚਾਨਣ ਪਾਓ, ਪਿੰਡ ਦਾ ਇਤਿਹਾਸ ਕੀ ਆ? ਮੇਰੇ ਪਿੰਡ ਦਾ ਇਤਿਹਾਸ ਬਹੁਤ ਵਧੀਆ ਜੀ। ਸਾਡੇ ਬਹੁਤ ਗੁਰੂ ਘਰ ਨੇ, ਸਾਰਿਆਂ ਨਾਲੋਂ ਪਹਿਲਾਂ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕਿਆਣਾ ਸਾਹਿਬ, ਜਿੱਥੇ ਕਿ ਗੁਰੂ ਨਾਨਕ ਦੇਵ ਜੀ 6ਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਜੀ ਪਹੁੰਚੇ ਨੇ, ਅਤੇ ਉੱਥੇ ਇਸ ਤਰ੍ਹਾਂ ਆਲੇ ਦੁਆਲੇ ਸਾਡੇ 4-5 ਗੁਰਦੁਆਰਾ ਹੋਰ ਨੇ ਜਿਹੜੇ ਕਿ ਲੋਕਾਂ ਦੇ ਸਹਿਯੋਗ ਨਾਲ ਚੱਲਦੇ ਨੇ। ਜਿਵੇਂ ਤੁਹਾਡੇ ਪਿੰਡ ਦਾ ਨਾਮ ਮੰਗਵਾਲ ਅਤੇ ਬੜਾ ਵੱਖਰਾ ਜਿਹਾ ਲੱਗਦਾ, ਇਹਦੇ ਪਿੱਛੇ ਕੋਈ ਕਹਾਣੀ ਛੁਪੀ ਹੋਈ ਹੈ? ਇਹ ਇੱਕ ਬਹੁਤ ਵੱਡੀ ਇਤਿਹਾਸਿਕ ਕਹਾਣੀ ਵੀ ਹੈ, ਲਾ ਲਓ ਕਥਾ ਹੀ ਲਾ ਲਓ ਇੱਕ ਤਰ੍ਹਾਂ ਦੀ। ਇਹ ਗੁਰਦੁਆਰਾ, ਇਹ ਮੇਰਾ ਪਿੰਡ ਮੋਹਾਲ ਜਿਹੜਾ, ਪਹਿਲਾਂ ਇਹ ਗੁਰੂ ਨਾਨਕ ਜਿੱਥੇ ਗੁਰਦੁਆਰਾ ਨਾਨਕਿਆਣਾ ਸਾਹਿਬ ਹੈ ਨਾ, ਉੱਥੇ ਸੀਗਾ ਉਹ ਟਾਈਮ। ਜਿਸ ਟਾਈਮ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਨੇ, ਉਸ ਟਾਈਮ ਕੋਈ ਕਿਸੇ ਤਰ੍ਹਾਂ ਦੇ ਕੋਈ ਉੱਥੇ ਕੁਛ ਲੋਕ ਹੋਰ ਕਿਸੇ ਤਰ੍ਹਾਂ ਦੇ ਬੈਠੇ ਸੀ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਮੰਦਾ ਚੰਗਾ ਬੋਲਣ ਤੋਂ ਮਗਰੋਂ ਜਦੋਂ ਗੁਰੂ ਨਾਨਕ ਦੇਵ ਜੀ ਉੱਥੋਂ ਚੱਲ ਪਏ, ਤਾਂ ਪਿੰਡ ਦੀ ਮਾਈ ਨੇ ਇੱਥੋਂ
ਪਿੱਛੇ ਹੋ ਕੇ ਜੋ ਗੁਰੂ ਨਾਨਕ ਦੀ ਸ਼ਰਾਬ ਦੇ ਕੇ ਵੀ ਭਾਈ ਇਹ ਪਿੰਡ ਉੱਜੜੂਗਾ, ਤਾਂ ਉਹ ਮਾਤਾ ਮਗਰ ਮਗਰ ਦੁੱਧ ਉਹ ਲੈ ਕੇ ਪਿੱਛੇ ਗਏ। ਉਹਨਾਂ ਨੇ ਗੁਰੂ ਨਾਨਕ ਜੀ ਨੂੰ ਅਰਜ਼ ਕੀਤੀ, ਫਿਰ ਉਹ ਅਰਜ਼ 'ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਭਾਈ ਇੱਥੋਂ ਬਸ ਇੱਥੋਂ ਉੱਜੜ ਕੇ ਬਸੂ ਜ਼ਰੂਰ, ਚਲੋ ਥੋੜ੍ਹੇ ਅੱਗੇ ਜਾ ਕੇ ਬਸੂ, ਤਾਂ ਇਹ ਪਿੰਡ ਮੰਗ ਕੇ ਲਿਆ ਹੋਇਆ, ਤਾਂ ਇਹਦਾ ਨਾਮ ਪਿੰਡ ਮੰਗਵਾਲ ਰੱਖਿਆ ਗਿਆ। ਪਿੰਡ ਦਾ ਇਤਿਹਾਸ ਤੁਸੀਂ ਦੱਸਤਾ, ਅਤੇ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਥਾਵਾਂ ਦਰਸ਼ਨਯੋਗ ਨੇ ਜਿੱਥੇ ਅਸੀਂ ਸਾਨੂੰ ਜਾਣਾ ਚਾਹੀਦਾ? ਸਾਡੇ ਸਾਰਿਆਂ ਨੂੰ ਪਹਿਲਾਂ ਤਾਂ ਇਹੀ ਗੁਰਦੁਆਰਾ ਸਾਹਿਬ ਨੇ, ਗੁਰਦੁਆਰਾ ਨਾਨਕਿਆਣਾ ਸਾਹਿਬ, ਉਦੋਂ ਲਾਗੀ ਸਾਡੇ ਬਾਬਾ ਨਾਗਣ ਦਾਸ ਜੀ ਦੀ ਸਮਾਧ ਹੈ, ਜਿਹੜੀ ਬਹੁਤ ਇਤਿਹਾਸਕ ਮੰਗੂ ਆ, ਬਹੁਤ ਦੂਰੋਂ ਦੂਰੋਂ ਦੁਨੀਆ ਪਹੁੰਚਦੀ ਉੱਥੇ, ਬਹੁਤ ਪਹੁੰਚੇ ਹੋਏ ਸਾਧੂ ਅਤੇ ਕਰਨੀ ਆ, ਉਹਦੇ ਨਾਲ ਇਹ ਬਾਬਾ ਆਪਣੇ ਸਮਾਧ ਹੈਗੀ ਹੈ ਲੋਟਾ ਬਾਬਾ ਜੀ ਨੇ, ਖੁਦਾਪੁਰੀ ਜੀ ਦੀ ਸਮਾਧ ਹੈ। ਬਾਕੀ ਇੱਥੇ ਸਾਡੇ ਆਲੇ ਦੁਆਲੇ ਗੁਰਦੁਆਰੇ ਬਹੁਤ ਜ਼ਿਆਦਾ ਨੇ ਜੀ, ਸਾਰੇ ਗੁਰਦੁਆਰੇ ਇਤਿਹਾਸਕ ਮੰਗੂ ਨੇ, ਗੁਰਦੁਆਰਾ ਸਧਾਣਾ ਸਾਹਿਬ ਆ ਗਏ, ਗੁਰਦੁਆਰਾ ਨਵਾਂ ਮਸਤੁਆਣਾ ਸਾਹਿਬ ਆ ਗਏ, ਅਤੇ ਮੇਰੇ ਪਿੰਡ 'ਚ ਹੀ ਦੋ ਗੁਰਦੁਆਰੇ ਹੈਗੇ ਨੇ, ਡੇਰੇ ਹੈਗਾ ਮਤਲਬ ਕਿ ਜਿੰਨੇ ਵੀ ਸਾਡੇ ਤਰ੍ਹਾਂ ਦੇ ਲੋਕ ਰਹਿੰਦੇ ਨੇ, ਹਰੇਕ ਦਾ ਆਪਦਾ ਕਿਸੇ ਦਾ ਮੰਦਰ ਹੈ, ਜਾਂ ਮੰਦਰਾਂ ਵਾਲੇ ਵਾਸਤੇ ਮੰਦਰ ਵੀ ਆ, ਮਸੀਤ ਵਾਲਿਆਂ ਵਾਸਤੇ ਮਸੀਤ ਵੀ ਹੈਗੀ, ਸਾਰੇ ਤਰ੍ਹਾਂ ਦੇ ਆਪਣੇ ਇੱਥੇ ਹੋ ਗਏ, ਸਾਰੇ ਰਲ ਮਿਲ ਕੇ ਸ਼ਾਂਤੀ ਨਾਲ ਰਹਿ। ਠੀਕ ਹੈ ਜੀ। ਅੱਛਾ, ਜਦੋਂ ਅਸੀਂ ਸਵੇਰੇ ਪਿੰਡ ਵਿੱਚ ਐਂਟਰ ਕੀਤੇ ਤਾਂ ਸਾਨੂੰ ਕਿਸੇ ਨੇ ਇੱਕ ਮਾੜੀ ਜਿਹੀ ਗੱਲ ਦੱਸੀ ਸੀਗੀ ਕਿ ਇਸ ਪਿੰਡ ਦੇ ਵਿੱਚ ਗ੍ਰੈਜੂਏਟ ਬਹੁਤ ਨੇ, ਇਹ ਕੀ ਚੱਕਰ ਹੈ ਜੀ? ਮਾੜੀ ਜਿਹੀ ਗੱਲ ਨਹੀਂ, ਇਹ ਬਹੁਤ ਵੱਡੀ ਗੱਲ ਹੈ ਜੀ, ਅਤੇ ਮੇਰਾ ਪਿੰਡ ਬਹੁਤ ਪੜ੍ਹਿਆ ਲਿਖਿਆ ਪਿੰਡ ਹੈ, ਇੱਥੇ ਕੋਈ ਇਹੋ ਜਿਹਾ ਮਹਿਕਮੇ ਨਹੀਂ ਜਿੱਥੇ ਸਾਡੇ ਪਿੰਡ ਦਾ ਕੋਈ ਮੁਲਾਜ਼ਮ ਨਾ ਹੋਵੇ। ਹਾਂ, ਮਿਲਟਰੀ ਤੋਂ ਲੈ ਕੇ ਫੌਜ ਤੋਂ ਲੈ ਕੇ ਅਤੇ ਆਪਣੇ ਕੋਈ ਵੀ ਕਿਸੇ ਤਰ੍ਹਾਂ ਦਾ ਦਫ਼ਤਰ ਜਾਣਾ ਤਾਂ ਮੇਰੇ ਪਿੰਡ ਦਾ ਬੰਦਾ ਤੁਹਾਨੂੰ ਹਾਸਲ ਮਿਲੂਗਾ, ਖਿਡਾਰੀਆਂ ਜੇ ਖੇਡਾਂ ਦੀ ਤੌਰ 'ਤੇ ਜਾਣਾ ਤਾਂ ਖਿਡਾਰੀ ਵੀ, ਹਰੇਕ ਹਰੇਕ ਤਰ੍ਹਾਂ ਦੇ ਤੁਹਾਨੂੰ ਖਿਡਾਰੀ ਵੀ ਪ੍ਰਾਪਤ ਹੋਊਗਾ ਇੱਥੋਂ ਪਿੰਡ 'ਚ, ਇੰਨਾ ਸਾਡੇ ਪਿੰਡ ਦਾ ਉਹ ਹੈ, ਅਤੇ ਬੜੇ ਆਪਣੇ ਨੈਸ਼ਨਲ ਪੱਧਰ 'ਤੇ ਖਿਡਾਰੀ ਰਹੇ ਨੇ ਕਬੱਡੀ ਦੇ, ਸਾਡੇ ਬਹੁਤ ਵਧੀਆ ਵਧੀਆ ਖਿਡਾਰੀ ਹੈ, ਹੁਣ ਵੀ ਜਿੰਨੀ ਕੁ ਸਾਡੀ ਕੋਸ਼ਿਸ਼ ਹੈ ਅਸੀਂ ਕਰ ਰਹੇ ਹਾਂ ਵੀ ਚੱਲ ਰਿਹਾ, ਬਹੁਤ ਵਧੀਆ ਉਹ ਕਰ ਰਿਹਾ। ਇਹਨਾਂ ਨੇ ਸਾਨੂੰ ਪਿੰਡ ਦੇ ਇਤਿਹਾਸ ਨਾਲ ਜਾਣੂ ਕਰਾਇਆ, ਬਹੁਤ ਬਹੁਤ ਸ਼ੁਕਰੀਆ ਜੀ ਉਹਦੇ ਵਾਸਤੇ। ਪਿੰਡ ਦੀਆਂ ਸਾਨੂੰ ਥਾਵਾਂ ਬਾਰੇ ਦੱਸਿਆ, ਗੁਰਦੁਆਰਾ ਸਾਹਿਬ ਬਾਰੇ, ਸਮਾਧ ਬਾਰੇ ਦੱਸਿਆ, ਅਤੇ ਸਭ ਤੋਂ ਇੰਟਰਸਟਿੰਗ ਗੱਲ ਜਿਹੜੀ ਇਹਨਾਂ ਨੇ ਦੱਸੀ ਕਿ ਇਹਨਾਂ ਦੇ ਪਿੰਡ ਦੇ ਵਿੱਚ ਇੰਨੇ ਸਾਰੇ ਗ੍ਰੈਜੂਏਟ ਨੇ ਅਤੇ ਹਰ ਮਹਿਕਮੇ ਦੇ ਵਿੱਚ ਕੋਈ ਨਾ ਕੋਈ ਬੰਦਾ ਲੱਗਿਆ ਹੋਇਆ। ਤਾਂ ਹੁਣ ਅਸੀਂ ਦਰਸ਼ਕਾਂ ਨੂੰ ਲੈ ਕੇ ਚੱਲਦੇ ਹਾਂ ਪਿੰਡ ਦੀਆਂ ਬਾਕੀ ਸਾਰੀਆਂ ਥਾਵਾਂ ਦੇ ਉੱਤੇ। ਪਿੰਡ ਮੰਗਵਾਲ ਦੀ ਗਲੀਆਂ ਦੀ ਸੈਰ ਕਰਨ ਤੋਂ ਬਾਅਦ ਹੁਣ ਅਸੀਂ ਪਹੁੰਚੇ ਹਾਂ ਇਤਿਹਾਸਿਕ ਗੁਰਦੁਆਰਾ ਸ਼੍ਰੀ ਨਾਨਕਿਆਣਾ ਸਾਹਿਬ 'ਤੇ, ਆਓ ਹੁਣ ਦਰਸ਼ਨ ਕਰਦੇ ਹਾਂ ਅਤੇ ਜਾਣਦੇ ਹਾਂ ਇਤਿਹਾਸ ਬਾਰੇ। ਸਤਿਗੁਰ ਬਾਹਰਾ
ਦਸ ਸਤਿਗੁਰ ਬਾਹਰਾ ਤ੍ਰਿਗ ਜੀਵਨ ਗੁਰਦੁਆਰਾ ਸਾਹਿਬ ਦੇ ਅਸੀਂ ਦਰਸ਼ਨ ਕਰ ਲਏ ਨੇ ਅਤੇ ਇਸ ਮੌਕੇ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਤੇ ਬਾਕੀ ਸੇਵਾਦਾਰ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਦੇ ਹਾਂ। ਵਾਹਿਗੁਰੂ ਜੀ ਦਾ ਖਾਲਸਾ ਜੀ, ਵਾਹਿਗੁਰੂ ਜੀ ਦੀ ਫਤਿਹ। ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਮਨਪ੍ਰੀਤ ਸਿੰਘ। ਮਨਪ੍ਰੀਤ ਸਿੰਘ ਜੀ, ਸਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਜਾਣੂ ਕਰਾਓ ਜੀ। ਇਸ ਸਥਾਨ 'ਤੇ ਸਿੱਖ ਧਰਮ ਦੇ ਮੋਢੀ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਸੋ ਪ੍ਰਾਪਤ ਇਹ ਗੁਰਦੁਆਰਾ ਸਾਹਿਬ ਹੈ। ਅਤੇ ਇਸ ਸਥਾਨ 'ਤੇ ਜਦੋਂ ਗੁਰੂ ਨਾਨਕ ਦੇਵ ਜੀ ਆਏ ਤਾਂ ਕਲਯੁੱਗ ਨਾਲ ਉਹਨਾਂ ਦੀ ਵਾਰਤਾ ਹੋਈ, ਕਲਯੁੱਗ ਦੈਂਤ ਦਾ ਰੂਪ ਧਾਰਨ ਕਰਕੇ ਅਤੇ ਮਹਾਰਾਜ ਨਾਲ ਮਤਲਬ ਵਿਹਾਰ ਉਹਦਾ ਚੰਗਾ ਨਹੀਂ ਰਿਹਾ ਅਤੇ ਜਦੋਂ ਮਹਾਰਾਜ 'ਤੇ ਕੋਈ ਅਸਰ ਨਾ ਹੋਇਆ ਪਹਿਲੇ ਪਾਤਸ਼ਾਹ 'ਤੇ ਤਾਂ ਉਹਨੇ ਮਤਲਬ ਮਨੁੱਖ ਦਾ ਰੂਪ ਧਾਰਨ ਕਰਕੇ ਗੁਰੂ ਮਹਾਰਾਜ ਦੇ ਦਰਸ਼ਨ ਉਹਨੇ ਕੀਤੇ ਅਤੇ ਸਿੱਧੀ ਵਾਰਤਾਲਾਪ ਕਲਯੁੱਗ ਨਾਲ ਹੋਈ ਆ। ਉਸ ਤੋਂ ਬਾਅਦ ਇੱਥੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ, ਜਿਸ ਸਥਾਨ 'ਤੇ ਗੁਰੂ ਨਾਨਕ ਦੇਵ ਜੀਆਂ ਨੇ ਇਸ਼ਨਾਨ ਕੀਤਾ ਸੀ ਜਿਸ ਛੱਪੜ ਦੇ ਵਿੱਚ, ਉਸ ਸਥਾਨ ਨੂੰ ਉਹਨਾਂ ਨੇ ਮਤਲਬ ਉਜਾਗਰ ਕੀਤਾ, ਉਹ ਅਸਥਾਨ ਦਾ ਵਿਸਤਾਰ ਕੀਤਾ। ਉਸੇ ਅਸਥਾਨ ਦੇ ਵਿੱਚ ਅੱਜ ਇਸ ਗੁਰਦੁਆਰਾ ਸਾਹਿਬ ਵਿਖੇ ਸਰੋਵਰ ਸਾਹਿਬ ਸੁਸ਼ੋਭਿਤ ਨੇ ਅਤੇ ਛੇਵੇਂ ਪਾਤਸ਼ਾਹ ਦੇ ਯਾਦ ਨਾਲ ਹੀ ਕਰੀਰ ਸਾਹਿਬ ਨੇ ਇੱਥੇ ਕਰੀਰ ਸਾਹਿਬ ਦੇ ਜਦੋਂ ਛੇਵੇਂ ਪਾਤਸ਼ਾਹ ਆਏ ਨੇ ਕਰੀਰ ਸਾਹਿਬ ਨਾਲ ਉਹਨਾਂ ਨੇ ਮਤਲਬ ਆਪਣਾ ਘੋੜਾ ਬੰਨਿਆ ਅਤੇ ਉਸ ਸਮੇਂ ਤੋਂ ਬਾਅਦ ਕਾਫੀ ਟਾਈਮ ਬਾਅਦ ਕਿਸੇ ਅਣਜਾਣ ਵਿਅਕਤੀ ਨੇ ਉਸ ਕਰੀਰ ਸਾਹਿਬ ਦਾ ਜਿਹੜਾ ਦਰਖਤ ਸੀ ਉਸ ਦੇ ਉੱਤੇ ਮਤਲਬ ਕਮਰਾ ਬਣਵਾ ਦਿੱਤਾ, ਉਹਨੂੰ ਕੱਟ ਕੇ ਸਮਾਂ ਪਾ ਕੇ ਉਹ ਸੱਤ ਪਾੜ ਕੇ ਆਪਣੇ ਆਪ ਮਤਲਬ ਹਰਾ ਹੋਇਆ ਅਤੇ ਉੱਥੋਂ ਕਰੀਰ ਸਾਹਿਬ ਦੀ ਯਾਦ ਸੁਸ਼ੋਭਿਤ ਹੋਈ ਹੈ ਬਾਅਦ ਦੇ ਵਿੱਚ। ਠੀਕ ਹੈ ਜੀ, ਬੜਾ ਰੋਚਕ ਇਤਿਹਾਸ ਆ ਗੁਰਦੁਆਰਾ ਸਾਹਿਬ ਦਾ। ਅਤੇ ਬਾਬਾ ਜੀ, ਜਿਵੇਂ ਤੁਸੀਂ ਦੱਸਿਆ ਕਿ ਦੋ ਦੋ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ, ਤਾਂ ਕਿੱਥੋਂ ਕਿੱਥੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਅਤੇ ਕਿਹੜੇ ਕਿਹੜੇ ਮੌਕਿਆਂ 'ਤੇ ਪਹੁੰਚਦੀਆਂ ਨੇ? ਸੰਗਤ ਤਾਂ ਆਲੇ ਦੁਆਲੇ ਲਗਭਗ 20-25 ਪਿੰਡਾਂ ਦੀ ਸੰਗਤ ਇੱਥੇ ਰੂਟੀਨ ਦੇ ਵਿੱਚ ਹੀ ਆਉਂਦੀ ਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦਾ ਆਪਾਂ ਅਵਤਾਰ ਪੁਰਬ ਮਨਾਉਂਦੇ ਹਾਂ ਜਦੋਂ, ਅਤੇ 17 ਪਿੰਡਾਂ ਦੇ ਲਗਭਗ ਵਿੱਚ ਅਸੀਂ ਨਗਰ ਕੀਰਤਨ ਲੈ ਕੇ ਜਾਂਦੇ ਹਾਂ ਅਤੇ ਜੋੜ ਮੇਲਾ ਵਿਸਾਖੀ ਦਾ ਬਹੁਤ ਵੱਡੇ ਪੱਧਰ 'ਤੇ ਇੱਥੇ ਮਨਾਇਆ ਜਾਂਦਾ, ਜਿਸ ਵਿੱਚ ਆਲੇ ਦੁਆਲੇ ਦੀਆਂ ਸੰਗਤਾਂ ਅਤੇ ਲੰਗਰਾਂ ਵਿੱਚ ਵੀ ਨਗਰ ਮੰਗਵਾਲ ਦਾ, ਬਾਲੀਆਂ ਦਾ, ਅਕੋਈ ਸਾਹਿਬ ਦਾ, ਉਹਨਾਂ ਦੇ ਲੰਗਰ ਵੀ ਇੱਥੇ ਲੱਗਦੇ ਆ। ਉਹ ਵੀ ਮਤਲਬ ਬਹੁਤ ਕਾਫੀ ਗਿਣਤੀ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਆਉਂਦੀ ਆ ਅਤੇ ਇੱਕ ਮਾਘੀ ਦਾ ਜੋੜ ਮੇਲਾ ਇਸ ਸਥਾਨ 'ਤੇ ਮਨਾਇਆ ਜਾਂਦਾ, ਮਹੀਨਾਵਾਰ ਪੂਰਨਮਾਸੀ ਦਾ ਦਿਹਾੜਾ ਮਹੀਨੇ ਬਾਅਦ ਇੱਥੇ ਮਨਾਇਆ ਜਾਂਦਾ ਜੀ। ਠੀਕ ਹੈ ਬਾਬਾ ਜੀ, ਜਿਵੇਂ ਤੁਸੀਂ ਦੱਸਿਆ ਕਿ ਆਮ ਤੌਰ 'ਤੇ 17 ਪਿੰਡਾਂ ਦੀਆਂ ਸੰਗਤਾਂ ਇੱਥੇ ਆਮ ਤੌਰ 'ਤੇ ਹੀ ਪਹੁੰਚਦੀਆਂ ਨੇ ਅਤੇ ਜਿਵੇਂ ਖਾਸ ਮੌਕਿਆਂ 'ਤੇ ਤਾਂ ਫਿਰ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹੋਣਗੀਆਂ, ਅਤੇ ਉਦੋਂ ਤੁਹਾਨੂੰ ਪ੍ਰਬੰਧ ਕਿਵੇਂ ਕਰਦੇ ਹੋ ਸਾਰਾ? ਨਹੀਂ, ਉਹਦੀ ਅਰੇਂਜਮੈਂਟ ਜਿਵੇਂ ਵਿਸਾਖੀ ਦਾ ਜੋੜ ਮੇਲਾ ਉਹਦੀ ਅਰੇਂਜਮੈਂਟ ਸਾਨੂੰ ਕਾਫੀ ਟਾਈਮ ਪਹਿਲਾਂ ਤੋਂ ਕਰਨੀ ਪੈਂਦੀ ਆ। ਬਾਕੀ ਨਗਰਾਂ ਦਾ ਆਲੇ ਦੁਆਲੇ ਜਿਵੇਂ ਨਗਰ ਮਗਵਾਲ ਦਾ ਮਤਲਬ ਅਸਥਾਨ ਹੈ ਇਹ, ਉਹਨਾਂ ਦੀ ਮਤਲਬ ਗੁਰਦੁਆਰਾ ਸਾਹਿਬ ਉਸ ਪਿੰਡ ਦਾ, ਉੱਥੋਂ ਦੀ ਸੰਗਤ ਦਾ ਕਾਫੀ ਸਹਿਯੋਗ ਰਹਿੰਦਾ ਅਤੇ ਆਲੇ ਦੁਆਲੇ ਗੰਗਾ ਸਿੰਘ ਵਾਲਾ ਪਿੰਡ ਹੈ ਅਤੇ ਵਾਲੀਆਂ ਨਗਰ ਆ, ਅਕੋਈ ਸਾਹਿਬ ਆ, ਇਹਨਾਂ ਚਾਰਾਂ ਨਗਰਾਂ ਨਾਲ ਮਤਲਬ ਤਾਲਮੇਲ ਬਣਾ ਕੇ ਅਤੇ ਫਿਰ ਉਸੇ ਤਰੀਕੇ ਨਾਲ ਹੀ ਇਹਦਾ ਪ੍ਰਬੰਧ ਸਮੁੱਚੀ ਸੰਗਤ ਦੀ ਰਾਏ ਲੈ ਕੇ ਉਸੇ ਤਰੀਕੇ ਨਾਲ ਪ੍ਰਬੰਧ ਉਲੀਕੇ ਜਾਂਦੇ ਨੇ ਪਹਿਲਾਂ ਹੀ। ਠੀਕ ਹੈ ਜੀ, ਇਹਦਾ ਮਤਲਬ ਕਿ ਆਲੇ ਦੁਆਲੇ ਦੀ ਸੰਗਤ ਦਾ ਪੂਰੀ ਸ਼ਰਧਾ ਭਾਵਨਾ ਨਾਲ ਸਹਿਯੋਗ ਆ ਅਤੇ ਗੁਰੂ ਸਾਹਿਬ ਦਾ ਵੀ ਪੂਰਾ ਆਸ਼ੀਰਵਾਦ ਹੈਗਾ ਜੀ। ਹਾਂਜੀ, ਦੋ ਗੁਰੂਆਂ ਦੀ ਚਰਨ ਸੋ ਪ੍ਰਾਪਤ ਸਥਾਨ ਹੈ ਜੀ। ਸੰਗਤ ਦਾ ਸਹਿਯੋਗ ਅਤੇ ਸ਼ਰਧਾ ਦਾ ਤਾਂ ਕੋਈ ਮਤਲਬ ਹੈ ਨਹੀਂ, ਕੋਈ ਅੰਦਾਜ਼ਾ ਵੀ ਕਿੰਨੀ ਕੁ ਮਤਲਬ ਇੱਥੇ ਸ਼ਰਧਾ ਸੰਗਤ ਦੀ।
ਠੀਕ ਹੈ ਜੀ। ਇਹ ਸਨ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਮਨਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀ, ਅਤੇ ਇਹਨਾਂ ਨੇ ਸਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਅਤੇ ਹੋਰ ਇੱਥੇ ਹੁੰਦੇ ਸਮਾਗਮਾਂ ਬਾਰੇ ਜਾਣੂ ਕਰਾਇਆ। ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਨੇ, ਇਤਿਹਾਸ ਜਾਣ ਲਿਆ, ਹੁਣ ਚੱਲਦੇ ਹਾਂ ਪਿੰਡ ਦੀਆਂ ਹੋਰ ਥਾਵਾਂ ਦੇ ਉੱਤੇ। ਜਿਵੇਂ ਕਿ ਦਰਸ਼ਕਾਂ ਨੂੰ ਪਤਾ ਹੀ ਹੈ ਕਿ ਅੱਜ ਅਸੀਂ ਪਿੰਡ ਮੰਗਵਾਲ ਦੇ ਵਿੱਚ ਹਾਂ, ਅਤੇ ਇੱਥੇ ਆਪਾਂ ਪਿੰਡ ਦੀ ਸੈਰ ਤਾਂ ਕਰ ਲਈ ਆ, ਅਤੇ ਇੱਥੇ ਝੋਨਾ ਲੱਗਿਆ, ਮੋਟਰ ਚੱਲ ਰਹੀ ਆ। ਮੇਰਾ ਖਿਆਲ ਆ ਕਿ ਇੱਥੇ ਕਿਸੇ ਨਾਲ ਆਪਾਂ ਕਿਸਾਨੀ ਬਾਰੇ ਵੀ ਗੱਲ ਕਰਦੇ ਹਾਂ। ਆਓ ਜ਼ਰਾ ਦੇਖਦੇ ਹਾਂ ਜੇ ਕੋਈ ਮਿਲਦਾ ਤਾਂ। ਵੈਸੇ ਪੰਜਾਬ ਦੇ ਵਿੱਚ ਜੋ ਅੱਜ ਕੱਲ੍ਹ ਕਿਹਾ ਜਾ ਰਿਹਾ ਕਿਸਾਨੀ ਬਾਰੇ ਕਿ ਕਿਸਾਨੀ ਖਤਮ ਹੁੰਦੀ ਜਾ ਰਹੀ ਆ, ਅਤੇ ਮੇਰਾ ਖਿਆਲ ਹੈ ਕਿ ਜੇ ਆਪਾਂ ਕਿਸੇ ਕਿਸਾਨ ਨਾਲ ਹੀ ਗੱਲ ਕਰੀਏ ਤਾਂ ਉਹਨਾਂ ਨੂੰ ਆ ਬਾਬਾ ਜੀ ਸਾਨੂੰ ਮਿਲੇ ਨੇ, ਇਹਨਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਬਾ ਜੀ, ਕੀ ਹਾਲ ਹੈ ਜੀ? ਠੀਕ ਠਾਕ ਹੈ ਜੀ। ਆਪਾਂ 2 ਮਿੰਟ ਗੱਲ ਕਰੀਏ ਜੀ। ਹਾਂਜੀ ਹਾਂਜੀ, ਆਓ ਜੀ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਮਿੱਠਾ ਸਿੰਘ ਹੈ ਜੀ। ਅੱਛਾ ਜੀ, ਅਤੇ ਆਪਾਂ ਕੀ ਕੰਮ ਕਾਰ ਕਰੀਦਾ ਜੀ? ਮੈਂ ਪਹਿਲਾਂ ਪਟਵਾਰੀ ਰਿਹਾ ਜੀ, ਹੁਣ ਰਿਟਾਇਰ ਹਾਂ, 2 ਸਾਲ। ਅੱਛਾ ਅੱਛਾ, ਕਿਆ ਬਾਤ ਹੈ, ਮਤਲਬ 2 ਸਾਲ ਹੋਏ ਨੇ, ਮਤਲਬ ਤੁਸੀਂ ਮੌਜੂਦਾ ਸਿਸਟਮ ਨਾਲ ਜਾਣੂ ਹੋ ਚੰਗੀ ਤਰ੍ਹਾਂ ਸਾਰੇ। ਹਾਂਜੀ ਹਾਂਜੀ। ਅਤੇ ਹੁਣ ਹਾਲ ਫਿਲਹਾਲ ਕੀ ਕਰਦੇ ਹੋ ਜੀ? ਹੁਣ ਸਮਾਜ ਸੇਵਾ ਹੀ ਕਰਦੇ ਹਾਂ ਜੀ ਬਸ। ਠੀਕ ਹੈ ਜੀ। ਹਾਂਜੀ, ਅਤੇ ਆਪਣਾ ਖੇਤੀਬਾੜੀ ਨਾਲ ਕਿੰਨਾ ਕੁ ਨਾਤਾ ਜੁੜਿਆ ਹੋਇਆ? ਆਪਾਂ ਕਰਾਉਂਦੇ ਹਾਂ ਖੇਤੀਬਾੜੀ, ਬੱਚਿਆਂ ਨਾਲ ਸਹਿਯੋਗ ਦਿੰਦੇ ਹਾਂ। ਅੱਛਾ ਜੀ, ਮਤਲਬ ਆਪਣੀ ਖੇਤੀ ਚੱਲਦੀ ਆ? ਚੱਲਦੀ ਆ। ਹਾਂਜੀ, ਠੀਕ ਹੈ ਜੀ। ਬਾਬਾ ਜੀ, ਆਪਾਂ ਇਹੀ ਗੱਲ ਕਰਨੀ ਸੀਗੀ, ਚਲੋ ਕੁਦਰਤੀ ਤੁਸੀਂ ਮਿਲ ਗਏ, ਕਿ ਖੇਤੀਬਾੜੀ ਬਾਰੇ ਜੋ ਅੱਜ ਕੱਲ੍ਹ ਕਿਹਾ ਜਾ ਰਿਹਾ ਕਿ ਜੋ ਹਾਲ ਆ ਜਾਂ ਕਿਵੇਂ ਆ, ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ, ਕਿਉਂਕਿ ਤੁਸੀਂ ਜ਼ਮੀਨ ਨਾਲ ਜੁੜੇ ਹੋਏ ਹੋ, ਤੁਸੀਂ ਖੁਦ ਕਰ ਰਹੇ ਹੋ, ਅਤੇ ਉੱਤੋਂ ਤੁਸੀਂ ਪਟਵਾਰੀ ਰਹੇ ਹੋ, ਪੜ੍ਹੇ ਲਿਖੇ ਹੋ, ਤਾਂ ਥੋੜ੍ਹਾ ਸੋਚ ਦਾ ਫਰਕ ਹੋ ਜਾਂਦਾ। ਖੇਤੀਬਾੜੀ ਬਾਰੇ ਸਾਨੂੰ ਮਾੜਾ ਜਿਹਾ ਦੱਸੋ। ਹਾਂ, ਖੇਤੀਬਾੜੀ ਬੇਟੇ ਅੱਜ ਕੱਲ੍ਹ ਜਿਹੜਾ ਰਸਾਇਣਿਕ ਖਾਦਾਂ ਚੱਲ ਰਹੀਆਂ ਨੇ, ਦਵਾਈਆਂ ਚੱਲ ਰਹੀਆਂ ਨੇ, ਉਹ 'ਤੇ ਮਨੁੱਖੀ ਜੀਵਨ 'ਤੇ ਅਸਰ ਹੋ ਰਿਹਾ। ਹਾਂਜੀ, ਹੁਣ ਵੈਸੇ ਅਸੀਂ ਜਿਹੜੀਆਂ ਸਬਜ਼ੀਆਂ ਲਾ ਰਹੇ ਹਾਂ ਉਹ ਜੈਵਿਕ ਖੇਤੀ ਕਰ ਰਹੇ ਹਾਂ। ਅੱਛਾ, ਇਹ ਸਾਰੀ? ਹਾਂ, ਜੈਵਿਕ ਆ। ਹਾਂ, ਬਗੈਰ ਉਹ ਤੋਂ, ਆਪਣੇ ਖਾਦ ਤੋਂ, ਸਪਰੇਹਾਂ ਤੋਂ, ਅਤੇ ਅਸੀਂ ਖਾਦ ਤੋਂ ਇਹ ਅਸੀਂ ਇਹ ਕਰ ਰਹੇ ਹਾਂ। ਠੀਕ ਹੈ ਜੀ। ਇਹ ਜਿਹੜੀ ਸਿਹਤ ਲਈ ਬਹੁਤ ਚੰਗੀ ਹੈ। ਮੈਂ ਮਾੜਾ ਜਿਹਾ ਦੱਸਦਾ ਵੀ ਜੈਵਿਕ ਜਿਹਨਾਂ ਨੂੰ ਸਮਝ ਨਾ ਆਵੇ, ਵੀ ਔਰਗੈਨਿਕ ਖੇਤੀ ਜਿਹਦਾ ਅੱਜ ਕੱਲ੍ਹ ਹਰ ਜਗ੍ਹਾ ਰੌਲਾ ਪਿਆ ਹੋਇਆ, ਅਤੇ ਬਾਬਾ ਜੀ ਇਹਦੇ ਕੀ ਫਾਇਦਾ, ਕੀ ਨੁਕਸਾਨ ਆ ਜਾਂ ਕੁਛ, ਉਹ ਦੱਸੋ ਜੀ। ਇਹਦਾ ਐਂ ਆ ਬੇਟੇ, ਇਹ ਤਾਂ ਜਿਹੜੀ ਆਪਾਂ ਇਹ ਖਾਂਦੇ ਹਾਂ ਜੈਵਿਕ ਖੇਤੀ ਵਾਲੀ, ਇਹ 'ਚ ਮਿਠਾਸ ਹੁੰਦੀ ਹੈ, ਖਰਾਬ ਨਹੀਂ ਹੁੰਦਾ ਛੇਤੀ। ਅੱਛਾ ਜੀ, ਸਮਝੇ? ਅਤੇ ਜਿਹੜਾ ਹਾਜ਼ਮਾ ਆਪਣੇ ਸਿਹਤ ਲਈ ਚੰਗਾ ਹੈ। ਹਾਂਜੀ, ਠੀਕ ਹੈ, ਇਹ ਸਾਰੇ ਪੱਖਾਂ ਤੋਂ ਠੀਕ ਹੈ। ਠੀਕ ਹੈ ਜੀ। ਇੱਕ ਫਲਦਾਰ ਬੂਟੇ ਲਾ ਰੱਖੇ ਨੇ ਆਪਾਂ ਨੇ, ਬੱਚਿਆਂ ਦੇ ਖਾਣ ਨੂੰ, ਆਹ ਦੇਖੋ ਅਨਾਰ ਲੱਗਿਆ ਹੋਇਆ, ਅਨਾਰ ਲੱਗਿਆ, ਜਾਮਣ ਲੱਗਿਆ ਹੋਇਆ, ਹਾਂਜੀ, ਅਮਰੂਦ ਲੱਗੇ ਹੋਏ ਨੇ ਛੋਟੇ ਛੋਟੇ, ਇਹਨਾਂ ਨੂੰ ਤੁਸੀਂ ਦਵਾਈ ਨਹੀਂ ਪਾਉਂਦੇ? ਦਵਾਈਆਂ ਨਹੀਂ ਪਾਉਂਦੇ। ਠੀਕ ਹੈ ਜੀ। ਅਤੇ ਬਾਬਾ ਜੀ, ਮਤਲਬ ਖੇਤੀਬਾੜੀ ਬਾਰੇ ਆਪਣੀ ਗੱਲ ਸ਼ੁਰੂ ਹੋਈ ਸੀਗੀ। ਹਾਂਜੀ, ਅਤੇ ਆਮ ਤੌਰ 'ਤੇ ਦੇਖਿਆ ਜਾਂਦਾ ਵੀ ਕਿਸਾਨ ਹਾਹਾਕਾਰ ਮੱਚੀ ਹੋਈ ਆ ਵੀ ਖੇਤੀ ਖਤਮ ਹੋ ਰਹੀ ਆ। ਹਾਂਜੀ, ਤੁਹਾਨੂੰ ਕੀ ਲੱਗਦਾ ਕਿ ਇਹਦੇ ਕੀ ਕਾਰਨ ਕੀ ਨੇ ਮੁੱਢੇ ਤੌਰ 'ਤੇ? ਖੇਤੀ ਤਾਂ ਖਤਮ ਨਹੀਂ ਹੋ ਰਹੀ। ਹਾਂਜੀ, ਖੇਤੀ ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ, ਸਮਝੇ, ਉਹ ਨਾ ਇੱਕ ਦੂਜੇ ਦੇ ਪਿੱਛੇ ਲੱਗ ਕੇ ਚੱਲ ਰਹੀ ਹੈ। ਜਿਵੇਂ ਅਮੀਰ ਬੱਚੇ ਨੇ, ਉਹਦੇ ਪਿੱਛੇ ਗਰੀਬ ਬੱਚੇ ਉਹੀ ਕਹਿੰਦੇ ਨੇ ਵੀ ਅਸੀਂ ਖਰਚ ਕਰੀਏ, ਉਹ ਨਹੀਂ ਕਰੀਏ, ਉਹ ਲਈਏ, ਗੱਡੀਆਂ ਲਈਏ, ਹੋਰ ਕਰੀਏ, ਉਹ ਆਪਦੇ ਪਿਤਾ ਦਾ ਤਾਂ ਖਰਚਾ ਦੇਖਦੇ ਨਹੀਂ ਜਾਂ ਘਰ ਬਾਰ ਨਹੀਂ ਦੇਖਦੇ। ਅੱਛਾ, ਉਹ ਆਪਣਾ ਚਾਦਰ ਦੇਖ ਕੇ ਸਮਝ ਪੈਰ ਨਹੀਂ ਪਸਾਰਦੇ। ਅੱਛਾ ਅੱਛਾ, ਇਹਦੇ ਕਰਕੇ ਜਿਹੜਾ ਪਿਤਾ ਨੇ, ਬਜ਼ੁਰਗ ਨੇ, ਉਹਦੇ ਕਰਜ਼ਈ ਹੋ ਜਾਂਦੇ ਨੇ, ਆਖਰ ਨੂੰ ਨੌਬਤ ਆ ਜਾਂਦੀ ਹੈ ਵੀ ਉਹਨਾਂ ਦਾ ਕੋਈ ਹੋਰ ਚਾਰਾ ਨਹੀਂ ਚੱਲਦਾ, ਵੀ ਨਾ ਉਹਨਾਂ ਨੂੰ ਆੜ੍ਹਤੀਆ ਪੈਸੇ ਦਿੰਦਾ, ਨਾ ਬੈਂਕਾਂ ਕਰਜ਼ੇ ਦਿੰਦੇ ਨੇ, ਆਖਰ ਨੂੰ ਉਹ ਖੁਦਕੁਸ਼ੀ ਦਾ ਕਾਰਨ ਕਰਦਾ ਬਣ ਜਾਂਦੇ ਆ। ਬੱਚੇ ਨੇ ਜਿਹੜੇ ਉਹ ਦੂਸਰੇ ਪਾਸੇ ਗੈਂਗਸਟਰ ਦਾ ਰੂਪ ਧਾਰਨ ਕਰ ਲੈਂਦੇ ਨੇ। ਹਾਂਜੀ ਹਾਂਜੀ, ਲੁੱਟਾਂ ਖੋਹਾਂ 'ਚ ਹੋ ਜਾਂਦੇ ਨੇ, ਕਿ ਉਹਨਾਂ ਨੂੰ ਖਰਚਾ ਮਿਲਦਾ ਨਹੀਂ, ਉਹ ਮਤਲਬ ਤਕੜੀ ਪੀੜ੍ਹੀ ਨਾਲ ਜੁੜ ਜਾਂਦੇ ਨੇ। ਠੀਕ ਹੈ, ਆਪਦੇ ਉਹਦੇ ਰਹਿਤ ਨਹੀਂ ਚੱਲਦੇ ਉਹ।
ਇਹ ਤਾਂ ਬਾਬਾ ਜੀ ਉਹਨਾਂ ਦੀ ਗੱਲ ਹੋ ਗਈ ਕਿ ਜਿਨ੍ਹਾਂ ਨੂੰ ਪੈਸੇ ਦੀ ਘਾਟ ਮਾਰ ਜਾਂਦੀ ਆ। ਹਾਂਜੀ, ਹੁਣ ਆਪਾਂ ਜਿਵੇਂ ਦੇਖਿਆ ਕਿ ਜਿਹੜੇ ਬਾਹਰ ਚੱਲ ਜਾਂਦੇ ਆ, ਹਾਂਜੀ, ਖੇਤੀਪਤੀ ਤੋਂ ਉਹ ਵੀ ਟੁੱਟੀ ਗਏ ਨੇ, ਹਾਂਜੀ ਹਾਂਜੀ, ਉਹ ਵੀ ਦੂਰ ਨੇ। ਹਾਂਜੀ, ਇਹਦੇ ਪਿੱਛੇ ਤੁਹਾਨੂੰ ਕੀ ਕਾਰਨ ਲੱਗਦਾ ਕਿ ਜਿਹੜੇ ਸਮਰਿੱਧ ਨੇ ਉਹ ਵੀ ਖੇਤੀਪਤੀ ਤੋਂ ਦੂਰ ਹੀ ਹੋਣਾ ਚਾਹੁੰਦੇ ਆ, ਖੇਤੀਪਤੀ 'ਚ ਨਹੀਂ ਆਉਣਾ ਚਾਹੁੰਦੇ? ਜਿਹੜੇ ਨਾ ਹੁਣ ਅੱਜ ਕੱਲ੍ਹ ਦੀ ਬੇਟੇ ਪੀੜ੍ਹੀ ਹੈ, ਹਾਂਜੀ, ਉਹ ਖੇਤੀਬਾੜੀ ਤੋਂ ਥੋੜ੍ਹੀ ਜਿਹੀ ਨਫ਼ਰਤਮੰਦ। ਅੱਛਾ, ਇਹਦਾ ਕੀ ਕਾਰਨ ਮੰਨਦੇ ਹੋ? ਕਾਰਨ ਇਹ ਹੈ ਵੀ ਅੱਗੇ ਤਾਂ ਬਜ਼ੁਰਗ ਤੇ ਜਿਹੜੇ ਉਹ ਮਤਲਬ ਕਹਿੰਦੇ ਬੱਚਿਆਂ ਨੂੰ ਵੀ ਤੁਸੀਂ ਖੇਤੀ ਕਰੋ, ਸੁਬਹਾ ਸ਼ਾਮ ਖੇਤ ਜਾਓ, ਹੋਰ ਕਰੋ। ਹੁਣ ਆਪਣਾ ਸਾਇੰਸ ਨੇ ਥੋੜ੍ਹਾ ਜਿਹਾ ਇਹੋ ਜਿਹਾ ਉਹ ਕਰ ਲਏ ਬੱਚੇ ਵੀ ਉਹ ਆਪਣੇ ਬਾਹਰ ਜਾਣ ਦੀ ਜ਼ਿਆਦਾ ਝਾਕ ਰੱਖਦੇ ਨੇ। ਹਾਂਜੀ, ਵੀ ਅਸੀਂ ਬਾਹਰ ਜਾਈਏ, ਉੱਥੇ ਵੀ ਉਹਨਾਂ ਨੂੰ ਕੰਮ ਕਰਨਾ ਪੈਂਦਾ ਕੰਮ। ਹਾਂਜੀ, ਹੈਂ, ਉਰੇ ਚਾਹੇ ਕੁਛ ਕਰਨ ਨਾ ਕਰਨ, ਉਰੇ ਮਾਂ ਪਿਓ ਦਾ ਉਹ ਘੱਟ ਕਹਿਣਾ ਮੰਨ ਕੇ ਮਤਲਬ ਆਪਦਾ ਐਸ ਬਲਾਸਤਾਂ ਦੀਆਂ ਆਰਾਮ ਕਰਕੇ ਰਾਜ਼ੀ ਨੇ। ਠੀਕ ਹੈ, ਜਿਵੇਂ ਮੋਬਾਈਲ, ਚੰਗੇ ਕੱਪੜੇ, ਚੰਗੀਆਂ ਗੱਡੀਆਂ, ਹਾਂਜੀ, ਸਮਝੇ? ਉਹੀ ਜਿਵੇਂ ਆਮ ਤੌਰ ਤੇ ਆਪਾਂ ਦੇਖਿਆ ਕਿ ਜਿਹੜੇ ਬਾਹਰ ਵੀ ਮਿਹਨਤ ਮੁਸ਼ਕਤ ਹੀ ਕਰ ਰਹੇ ਆ ਜਿਹੜੀ ਇੱਥੇ ਕਰਨੀ ਆ, ਹਾਂਜੀ, ਪਰ ਉੱਥੇ ਕਮਾ ਕੇ ਤੇ ਇੱਥੇ ਖਰਚਦੇ ਇਸ ਤਰ੍ਹਾਂ ਨੇ ਕਿ ਜਿਵੇਂ ਉੱਥੇ ਉਹਨਾਂ ਨੂੰ ਵਿਹਲੇ ਬੈਠਿਆਂ ਨੂੰ ਮਿਲਦਾ, ਵਿਹਲੇ ਬੈਠਿਆਂ ਨੂੰ ਮਿਲਿਆ, ਹਾਲਾਂਕਿ ਇਦੋਂ ਜ਼ਿਆਦਾ ਔਖੇ ਹੁੰਦੇ ਨੇ। ਇਹ ਚੀਜ਼ ਮਾਹੌਲ ਤੁਹਾਨੂੰ ਥੋੜੇ ਹਿਸਾਬ ਨਾਲ ਖਰਾਬ ਕਰ ਰਿਹਾ ਨਾਲੇ, ਹਾਲਾਂਕਿ ਜ਼ਿਆਦਾ ਔਖੇ ਹੁੰਦੇ ਨੇ। ਹਾਂਜੀ ਹਾਂਜੀ, ਸਮਝੇ? ਇੱਥੋਂ ਜ਼ਿਆਦਾ ਔਖੇ ਹੁੰਦੇ ਨੇ ਜਾ ਕੇ। ਤੇ ਬਾਬਾ ਜੀ, ਜਿਵੇਂ ਤੁਸੀਂ ਕਰਜ਼ੇ ਦੀ ਗੱਲ ਕੀਤੀ ਸੀਗੀ, ਹਾਂਜੀ, ਤੇ ਉੱਥੋਂ ਮੇਰੇ ਜ਼ਿਹਨ 'ਚ ਆਇਆ ਕਿ ਜਿਵੇਂ ਪੰਜਾਬ ਦੇ ਵਿਆਹ, ਪਤਾ ਨਹੀਂ ਮੈਂ ਮਸ਼ਹੂਰ ਕਹੂੰਗਾ ਕਿ ਬਦਨਾਮ ਕਹੂੰਗਾ, ਮੈਂ ਡਿਸਾਈਡ ਨਹੀਂ ਕਰ ਪਾ ਰਿਹਾ, ਪਰ ਖਰਚੇ ਬਹੁਤ ਹੁੰਦੇ ਨੇ ਇਹ। ਹਾਂਜੀ 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 ਹਾਂਜੀ, ਦੱਸੋ ਜਿਹੜੇ ਬੇਟੇ ਨਾ ਰਸਮ ਰਿਵਾਜ਼ਾਂ ਚੱਲ ਪਈਆਂ ਆਪਾਂ, ਹਾਂਜੀ, ਵੀ ਮੈਂ ਤਕੜੇ ਬੰਦੇ ਦਾ ਨਾਲ ਜੁੜਨਾ ਹੈ, ਹਾਂਜੀ ਹਾਂ, ਠੀਕ ਹੈ, ਅਮੀਰ ਆਦਮੀ ਨਾਲ ਜੁੜਨਾ, ਉਹੋ ਜਿਹਾ ਵਿਆਹ ਕਰਨਾ, ਉਹੋ ਜਿਹਾ ਕੰਮ ਕਰਨਾ। ਇਹ ਵਿਆਹਾਂ ਜਹਦਿਆਂ 'ਤੇ ਜ਼ਿਆਦਾ ਖਰਚ ਕਰਦੇ ਨੇ। ਅੱਛਾ ਜੀ, ਇੱਕ ਘਰਾਂ 'ਤੇ ਜ਼ਿਆਦਾ ਖਰਚ ਕਰਦੇ ਨੇ। ਹਾਂਜੀ, ਇਹ ਜੋ ਫਜ਼ੂਲ ਹੈ, ਠੀਕ ਹੈ ਜੀ, ਸਮਝੇ? ਇੱਕ ਹਾਰ ਪਾ ਕੇ ਬੱਚੇ ਦੇ ਗਲ 'ਚ ਉਹ ਵਿਆਹ ਵੀ ਹੋ ਸਕਦਾ, ਉਹ ਵੀ ਹੋ ਸਕਦਾ, ਪਰ ਇਹ ਹੁੰਦਾ ਨਹੀਂ, ਇਹ ਕਰਦੇ ਨਹੀਂ। ਹਾਂਜੀ, ਆਪਾਂ ਇੱਕ ਦੂਜੇ ਦੇ ਪਿੱਛੇ ਲੱਗ ਕੇ ਚੱਲਦੇ ਹਾਂ, ਉਹ ਪਿੱਛੇ ਲੱਗ ਕੇ ਚੱਲਦੇ ਆਖਰ ਨੂੰ ਉਹ ਨੁਕਸਾਨ ਦਾ ਕਾਰਨ ਬਣ ਜਾਂਦਾ। ਠੀਕ ਹੈ, ਠੀਕ ਹੈ। ਭਾਬੀ, ਤੁਹਾਨੂੰ ਕੀ ਲੱਗਦਾ ਕਿ ਜਿਹੜੀ ਜਿਵੇਂ ਆਪਾਂ ਖੇਤੀਪੱਤੀ ਬਾਰੇ ਗੱਲ ਕੀਤੀ, ਤੁਸੀਂ ਦੱਸਿਆ ਕਿ ਔਰਗੈਨਿਕ ਖੇਤੀ ਜਿਹੜੀ ਆ ਇਹ ਲਾਹੇਵੰਦ ਆ ਬਹੁਤ, ਹਾਂਜੀ, ਪਰ ਇਹ ਕਿਉਂ ਨਹੀਂ ਕੀਤੀ ਜਾ ਰਹੀ ਵੱਡੇ ਪੱਧਰ 'ਤੇ? ਇਹ ਹੁਣ ਹੌਲੀ ਹੌਲੀ ਸਮਾਂ ਆ ਜੂਗਾ, ਹਾਂਜੀ, ਜਦੋਂ ਬਾਹਰਲੀਆਂ ਮੰਡੀਆਂ ਆ ਜਾਣਗੀਆਂ, ਜਿਹੜੀ ਇਹ ਸਬਜ਼ੀਆਂ ਨੇ ਜਾਂ ਫਸਲਾਂ ਨੇ ਆਪਣੀਆਂ ਖਾਦਾਂ ਵਾਲੀਆਂ ਅਤੇ ਦਵਾਈਆਂ ਵਾਲੀਆਂ, ਇਹਨਾਂ ਨੇ ਸੇਲ ਨਹੀਂ ਹੋਣਾ। ਅੱਛਾ ਜੀ, ਬਾਹਰਲੀਆਂ ਜਿਹੜੀਆਂ ਮੰਡੀਆਂ 'ਚ ਉਹ ਫਸਲਾਂ ਦੂਜੀਆਂ ਆਉਣਗੀਆਂ, ਜੈਵਿਕ ਖੇਤੀ ਵਾਲੀਆਂ, ਜੈਵਿਕ ਖੇਤੀ ਵਾਲੀਆਂ, ਔਰਗੈਨਿਕ ਖੇਤੀ ਵਾਲੀਆਂ, ਖੇਤੀਆਂ ਵਾਲੀਆਂ, ਇਸੇ ਕਰਕੇ ਇਹਨਾਂ ਨੂੰ ਆਪਣੇ ਪੰਜਾਬ ਨੂੰ ਜਾਂ ਭਾਰਤ ਨੂੰ ਵੀ ਇਹੀ ਕੰਮ ਅਪਣਾਉਣਾ ਪਊਗਾ। ਠੀਕ ਹੈ ਜੀ, 5 ਸਾਲਾਂ 'ਚ ਪਲਾ ਲੈਣ ਤੇ 7 ਸਾਲਾਂ 'ਚ, ਠੀਕ ਹੈ, ਠੀਕ ਹੈ, ਮਤਲਬ ਜਿੰਨੀ ਛੇਤੀ ਅਕਲ ਕਰ ਲੈਣਗੇ ਉਨੀ ਛੇਤੀ ਬਚ ਜਾਣਗੇ। ਹਾਂਜੀ, ਤੇ ਆਪਾਂ ਜਿਹੜੀ ਦੂਜੀ ਸਮੱਸਿਆ ਦੀ ਗੱਲ ਕਰ ਰਹੇ ਸੀਗੇ, ਜਿਹੜੇ ਵਿਆਹਾਂ ਦਾ ਖਰਚਾ ਹੈਗਾ, ਜਿਵੇਂ ਮਹਿਸੂਸ ਹੁੰਦਾ ਆਮ ਤੌਰ 'ਤੇ ਕਿ ਪੰਜਾਬ 'ਚੋਂ ਆ ਦਿਖਾਵੇ ਵਾਲੀ ਰਸਮ ਜੀ ਕੱਢਣੀ ਥੋੜ੍ਹੀ ਔਖੀ ਲੱਗਦੀ ਆ, ਤੁਹਾਡੇ ਹਿਸਾਬ ਨਾਲ ਇਹਦੀ ਸ਼ੁਰੂਆਤ ਕਿੱਥੋਂ ਹੋ ਸਕਦੀ ਆ, ਕਿਵੇਂ ਹੋ ਸਕਦੀ ਆ? ਇਹ ਸ਼ੁਰੂਆਤ ਤਾਂ ਹੈ ਵੀ ਜਿਹੜੇ ਮਾਂ ਪਿਓ ਨੇ ਉਹ ਸਿੱਖਿਆ ਦੇਣ ਬੱਚਿਆਂ ਨੂੰ, ਹਾਂਜੀ, ਤੇ ਸਕੂਲਾਂ 'ਚ ਵੀ, ਕਾਲਜਾਂ ਸਕੂਲਾਂ 'ਚ ਵੀ ਸਿੱਖਿਆ ਦਿੱਤੀ ਜਾਵੇ ਬੱਚਿਆਂ ਨੂੰ। ਇਹ ਬਹੁਤ ਜ਼ਰੂਰੀ ਗੱਲ ਕਹੀ ਹੈ ਕਿ ਸਕੂਲਾਂ ਕਾਲਜਾਂ 'ਚ ਦੱਸਿਆ ਜਾਵੇ, ਸਾਰਿਆਂ ਪਹਿਲਾਂ ਜਿਹੜਾ ਬੱਚੇ ਦਾ ਉਹ ਆਪਣਾ ਪੜ੍ਹਾਈ ਆ ਉਹ ਮਾਂ ਹੈ। ਹਾਂਜੀ ਹਾਂਜੀ, ਮਾਂ ਤੋਂ ਬਾਅਦ ਉਦੋਂ ਬਾਅਦ ਉਹਦਾ ਟੀਚਰ ਹੈ ਜੀ। ਹਾਂਜੀ ਹਾਂਜੀ, ਉਹਨਾਂ ਨੂੰ ਸਿੱਖਿਆ ਇਹੀ ਜੀ ਦਿੱਤੀ ਜਾਵੇ ਵੀ ਜਿਹੜਾ ਇਹ ਦਾਜ ਦਹੇਜ ਦਾ ਇਹ ਲਾਣ ਤਾਂ ਛੱਡ ਦਾਂਗਾ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਮਜ਼ਾ ਆਇਆ ਗੱਲ ਕਰਕੇ। ਮੈਨੂੰ ਉਮੀਦ ਆ ਕਿ ਸਾਡੇ ਦਰਸ਼ਕਾਂ ਨੂੰ, ਭਾਵੇਂ ਉਹ ਕਿਸੇ ਵੀ ਉਮਰ ਦਾ, ਭਾਵੇਂ ਉਹ ਨਿਆਣਾ ਸਿਆਣਾ ਜਾਂ ਬਜ਼ੁਰਗ ਆ, ਇਹ ਗੱਲਬਾਤ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਿਆ ਹੋਊਗਾ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਵਰਗੀ ਜਨਰੇਸ਼ਨ ਨੂੰ ਤੁਹਾਡੇ ਵਰਗੇ ਦਿਸ਼ਾ ਨਿਰਦੇਸ਼ਕ ਮਿਲਣ, ਤਾਂ ਕਿ ਅਸੀਂ ਚੰਗੇ ਰਾਹ 'ਤੇ ਤੁਰ ਸਕੀਏ। ਬਹੁਤ ਬਹੁਤ ਸ਼ੁਕਰੀਆ ਜੀ। ਸਾਡੀ ਪਿੱਠ 'ਤੇ ਖੜ੍ਹਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ।
ਅਸੀਂ ਜਾਣਦੇ ਹਾਂ ਕਿੰਜ ਸ਼ਹੀਦ ਹੋਣਾ ਸੋਹਣੇ ਦੇਸ਼ ਦੀ ਇੱਕ ਹੀ ਮੰਗ ਉੱਤੇ। ਦੋਸਤੋ, ਹੁਣ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਮੀਰੀ ਪੀਰੀ ਗੱਤਕਾ ਅਖਾੜਾ 'ਚ, ਅਤੇ ਇਹ ਥੋੜ੍ਹੀ ਦੇਰ 'ਚ ਆਪਣੀ ਪਰਫੋਰਮੈਂਸ ਦੇਣਗੇ, ਸਾਨੂੰ ਇੱਥੇ ਗੱਤਕਾ ਦਿਖਾਉਣਗੇ। ਮੈਂ ਇੱਕ ਚੀਜ਼ ਦੱਸ ਦੇਣਾ ਚਾਹੁੰਦਾ ਵੀ ਮੈਂ ਹੈਰਾਨ ਹਾਂ ਦੇਖ ਕੇ ਕਿ ਇਸ ਗਰੁੱਪ ਦੇ ਵਿੱਚ 8 ਸਾਲ ਦੇ ਛੋਟੇ ਛੋਟੇ ਜਵਾਕ ਵੀ ਨਹੀਂ ਅਤੇ ਕੁਛ ਸਾਡੇ ਕੋਲ ਸੀਨੀਅਰ ਖਿਡਾਰੀ ਵੀ ਮੌਜੂਦ ਨੇ, ਅਤੇ ਆਓ ਫਿਰ ਦੇਖਦੇ ਹਾਂ ਇਹਨਾਂ ਦੀ ਗੱਤਕਾ ਪਰਫੋਰਮੈਂਸ। ਵੱਖ ਵੱਖ ਥਾਵਾਂ ਘੁੰਮਣ ਤੋਂ ਬਾਅਦ ਹੁਣ ਅਸੀਂ ਪਹੁੰਚੇ ਹਾਂ ਪਿੰਡ ਮੰਗਵਾਲ ਦੀ ਸੱਥ ਦੇ ਵਿੱਚ, ਜਿੱਥੇ ਸਾਰੇ ਲੋਕ ਬੈਠੇ ਆ। ਅੱਛਾ ਜੀ, ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਇੱਕ ਗੱਲ ਦੱਸਦਾ, ਇਸ ਪਿੰਡ ਦੀ ਸੱਥ ਦੇ ਵਿੱਚ ਇੱਕ ਅਸੀਂ ਬੜੀ ਇੰਟਰਸਟਿੰਗ ਗੱਲ ਦੇਖੀ ਆ। ਇਸ ਸੱਥ ਨੇ, ਜਿਵੇਂ ਕਿ ਤੁਸੀਂ ਇੱਧਰ ਦੇਖ ਸਕਦੇ ਹੋ, ਦੋ ਟੋਕਰੀਆਂ ਟੰਗੀਆਂ ਨੇ ਉੱਤੇ, ਜਿਹੜੇ ਕਿ ਮਾੜੇ ਪੰਖੇਰੂ ਨੇ, ਛੋਟੇ ਪੰਖੇਰੂ ਨੇ, ਉਹਨਾਂ ਦੀ ਰੱਖਿਆ ਵਾਸਤੇ, ਉਹਨਾਂ ਦੇ ਬੋਟਾਂ ਦੀ ਰੱਖਿਆ ਵਾਸਤੇ, ਕਿ ਜਿਹੜੇ ਵੱਡੇ ਵੱਡੇ ਪੰਛੀ ਨੇ ਜਿਹੜੇ ਉਹਨਾਂ ਦੇ ਆਂਡੇ ਖਾ ਜਾਂਦੇ ਨੇ, ਉਹਨਾਂ ਤੋਂ ਬਚਾਇਆ ਜਾ ਸਕੇ। ਲਓ ਜੀ, ਹੁਣ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ, ਸਾਰੇ ਇੱਥੇ ਮੌਜੂਦ ਨੇ। ਅਜੇ ਸਭ ਤੋਂ ਪਹਿਲੀ ਗੱਲ ਸੋਚ ਕੇ ਦੱਸਿਓ, ਅਤੇ ਦੱਸਿਓ ਜ਼ਰੂਰ ਕਿ ਜੇ ਤੁਹਾਨੂੰ ਮੌਕਾ ਮਿਲੇ ਤੁਹਾਡੇ ਲਾਈਫ ਦੀ ਰੀਲ ਵਾਪਸ ਕਰਨ ਦਾ, ਅਤੇ ਤੁਹਾਡੇ ਹੱਥ 'ਚ ਹੋਵੇ ਵੀ ਤੁਸੀਂ ਕੁਛ ਬਣ ਸਕੋ, ਜੋ ਤੁਸੀਂ ਚਾਹੋ, ਚਾਹੇ ਉਹ ਜੱਜ ਆ, ਚਾਹੇ ਕੋਈ ਪੁਲਿਸ ਇੰਸਪੈਕਟਰ ਆ, ਚਾਹੇ ਕੁਛ ਵੀ ਆ, ਵਕੀਲ ਵਕੂਲ, ਤਾਂ ਤੁਸੀਂ ਆਪਣੀ ਜ਼ਿੰਦਗੀ 'ਚ ਕੀ ਬਦਲਣਾ ਚਾਹੋਗੇ, ਜਾਂ ਕੀ ਕਰ ਸਕਦੇ ਸੀ, ਜਾਂ ਕੀ ਬਣਨਾ ਚਾਹੁੰਦੇ ਸੀ, ਤੁਸੀਂ ਦੱਸੋ ਜੀ। ਮੈਂ ਜੀ ਕੈਪਟਨ MS ਮਾਨ ਬੋਲ ਰਿਹਾ ਪਿੰਡ ਮੰਗਵਾਲ ਦਾ, ਅਤੇ ਮੈਨੂੰ ਤਕਰੀਬਨ ਮੇਰੀ ਉਮਰ 70 ਸਾਲ ਦੀ ਹੋ ਗਈ। ਪਿਛਲੇ 70 ਸਾਲ ਤੋਂ ਮੈਂ ਕਾਫੀ ਕੁਛ ਇਸ ਪਿੰਡ ਦੇ ਵਿੱਚ ਦੇਖਿਆ, ਅਤੇ 30 ਸਾਲ ਅਸੀਂ ਬਾਹਰ ਰਹੇ ਹਾਂ, 20 ਸਾਲ ਆ ਕੇ ਸਕਿਉਰਟੀ ਅਫਸਰ ਦੀ ਡਿਊਟੀ ਕੀਤੀ, ਅਤੇ ਕਾਫੀ ਕੁਛ ਬਦਲਿਆ ਉਹਦੇ ਨਾਲ, ਅਤੇ ਹੁਣ ਜਿਹੜਾ ਆਉਣ ਵਾਲਾ ਜਨਰੇਸ਼ਨ ਹੈ ਉਹਦੇ ਬਾਰੇ ਸਾਨੂੰ ਬਹੁਤ ਕੁਛ ਸੋਚਣਾ ਪੈਣਾ, ਅਤੇ ਬਹੁਤ ਕੁਛ ਕਰਨਾ ਪੈਣਾ। ਸਪੋਰਟਸ ਬਾਰੇ ਸਾਡੇ ਕੋਲ ਕੋਈ ਨਾ ਕੋਈ ਸਪੋਰਟਸ ਦਾ ਸਮਾਨ ਹੈ, ਅਤੇ ਜਵਾਨ ਲੜਕੇ ਬਾਹਰ ਜਾਂਦੇ ਨੇ ਖੇਡਣ ਵਾਸਤੇ, ਉਹਨਾਂ ਵਾਸਤੇ ਬੰਦੋਬਸਤ ਹੋਣਾ ਚਾਹੀਦਾ ਹੈ। ਦੂਸਰਾ, ਮਨੋਰੰਜਨ ਦੇ ਵਾਸਤੇ ਸਾਡਾ ਕਲੱਬ ਹੈ, ਉਹ ਵੀ ਆਪਣੇ ਆਪ ਹੀ ਪੈਸਾ ਇਕੱਠਾ ਕਰਕੇ ਕੰਮ ਕਰਦਾ,
ਉਹਦੇ ਵਾਸਤੇ ਵੀ ਕੋਈ ਵੀ ਪ੍ਰੋਗਰਾਮ ਹੋਣਾ ਚਾਹੀਦਾ। ਅੱਛਾ ਬਾਬਾ ਜੀ, ਜੇ ਤੁਸੀਂ ਖੇਡ ਮੰਤਰੀ ਹੁੰਦੇ ਤਾਂ ਫਿਰ ਕੀ ਕਰਦੇ? ਪਹਿਲਾਂ ਤਾਂ ਅਸੀਂ ਜਿੰਨੇ ਵੀ ਪਿੰਡ ਦੇ ਨੌਜਵਾਨ ਨੇ ਉਹਨਾਂ ਬੱਚਿਆਂ ਵਾਸਤੇ ਖੁੱਲ੍ਹੀ ਜਗ੍ਹਾ ਗਰਾਊਂਡ ਬਹੁਤ ਵਧੀਆ ਬਣਾਉਂਦੇ, ਜਿੱਥੇ ਕਿ ਉਹ ਆਪਣਾ ਭੱਜ ਦੌੜ ਸਕਦੇ ਨੇ ਅਤੇ ਜਿਮਨਾਸਟਿਕ ਦਾ ਸਮਾਨ, ਖੇਡਾਂ ਦਾ ਸਮਾਨ ਉਹਨਾਂ ਵਾਸਤੇ ਰੱਖਦੇ। ਬਾਕੀ ਸਪੋਰਟਸ ਦਾ ਸਮਾਨ ਜਿਵੇਂ ਹਾਕੀ, ਫੁੱਟਬਾਲ, ਬਾਸਕਟਬਾਲ, ਇਹ ਚੀਜ਼ਾਂ ਨਾ ਹੋਣ ਦੀ ਵਜ੍ਹਾ ਦੇ ਨਾਲ ਸਾਡੇ ਸਪੋਰਟਸਮੈਨ ਬਹੁਤ ਅਧੂਰੇ ਰਹਿ ਜਾਂਦੇ ਨੇ। ਠੀਕ ਹੈ ਬਾਬਾ ਜੀ। ਬਾਈ ਜੀ, ਤੁਸੀਂ ਦੱਸੋ, ਜੇ ਤੁਹਾਨੂੰ ਜ਼ਿੰਦਗੀ 'ਚ ਮੌਕਾ ਮਿਲੇ ਪਿੱਛੇ ਜਾਣ ਦਾ ਅਤੇ ਕੁਛ ਬਣਨ ਦਾ, ਕੀ ਬਣਨਾ ਚਾਹੋਗੇ? ਮੈਂ ਜੀ 40-42 ਸਾਲ ਡਰਾਈਵਰੀ ਕਰੀ ਆ, ਬਾਹਰ ਪੂਰੀ ਇੰਡੀਆ ਘੁੰਮਿਆ ਹੋਇਆ। ਮੈਂ ਚਾਹੁੰਦਾ ਸੀ ਵੀ ਮੇਰੇ 2-4 ਟਰੱਕ ਹੋਣ, ਉਹ ਮੇਥੋਂ ਬਣ ਨਹੀਂ ਸਕੇ। ਹਾਂਜੀ, ਜੇ ਮੰਨ ਲਓ ਤੁਸੀਂ ਟਰਾਂਸਪੋਰਟ ਮੰਤਰੀ ਬਣ ਜਾਂਦੇ ਫਿਰ ਕੀ ਕਰਦੇ? ਦੁਨੀਆ ਦਾ ਭਲਾ ਕਰਦਾ ਜੀ, ਮਾਲ ਢੋਂਦੇ, ਪੁੰਨ ਹੱਥੇ ਸਭ ਕੰਮ ਕਰਦੇ ਜੀ। ਠੀਕ ਹੈ ਬਾਬਾ ਜੀ। ਅੱਛਾ ਬਾਈ ਜੀ, ਇੱਕ ਚੀਜ਼ ਹੋਰ ਆ ਜਿਹੜੀ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਕਿ ਆਪਣੇ ਆਲੇ ਦੁਆਲੇ ਵਿਆਹਾਂ ਵਿਹਾਂ 'ਚ ਬਹੁਤ ਖਰਚਾ ਹੁੰਦਾ, ਫਾਲਤੂ ਜਿਹਨੂੰ ਕਿਹਾ ਜਾਂਦਾ, ਕਰਜ਼ੇ ਲੈ ਕੇ ਕਰਦੇ ਆ, ਅਤੇ ਤੁਹਾਨੂੰ ਕੀ ਲੱਗਦਾ ਵੀ ਉਹ ਕਿਹੜੇ ਕਿਹੜੇ ਰੂਪ 'ਚ ਫਾਲਤੂ ਖਰਚੇ ਹੁੰਦੇ ਆ ਅਤੇ ਉਹਨੂੰ ਕਿਵੇਂ ਰੋਕਿਆ ਜਾ ਸਕਦਾ? ਇਹ ਥੋੜ੍ਹੀ ਗੱਲ ਸਹੀ ਹੈ, ਇਹ ਖਰਚਾ ਜਿਹੜਾ ਹੈ ਬਹੁਤ ਜ਼ਿਆਦਾ ਨਜਾਇਜ਼ ਖਰਚਾ ਹੈ, ਕਿਉਂਕਿ ਇਸੇ ਖਰਚੇ ਦੇ ਨਾਲ ਆਪਾਂ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਹਾਂ, ਅੱਛੀ ਐਜੂਕੇਸ਼ਨ ਦੇ ਸਕਦੇ ਹਾਂ, ਅੱਛੇ ਸਪੋਰਟਸਮੈਨ ਬਣਾ ਸਕਦੇ ਹਾਂ। ਉਹੀ ਪੈਸਾ ਆਪਣਾ ਕਿਸੇ ਸਮਾਜ ਸੇਵਾ 'ਤੇ ਲਾਈਏ, ਉਹ ਸਭ ਤੋਂ ਵਧੀਆ ਹੈ। ਇਹ ਮੈਸੇਜ ਜਾਣਾ ਚਾਹੀਦਾ ਆਪਣਾ ਸਮਾਜ ਦੇ ਵਿੱਚ ਵੀ ਇਹਨਾਂ ਕੰਮਾਂ ਤੋਂ ਆਪਾਂ ਇਹ ਪੈਸੇ ਨੂੰ ਆਪਾਂ ਬਚਾਈਏ ਅਤੇ ਦੂਸਰੇ ਕੰਮਾਂ 'ਤੇ, ਭਲਾਈ ਦੇ ਕੰਮਾਂ 'ਤੇ ਲਾਈਏ। ਠੀਕ ਹੈ ਬਾਈ ਜੀ, ਤੁਸੀਂ ਦੱਸੋ ਜ਼ਰਾ, ਇਹ ਫਾਲਤੂ ਖਰਚੇ ਨੂੰ ਆਪਾਂ ਕਿਵੇਂ ਰੋਕ ਸਕਦੇ ਹਾਂ? ਠੀਕ ਹੈ ਜੀ, ਗਰੀਬੀ ਜਾਵੇ ਜੇ ਪਲਿਆਂ, ਗਰੀਬੀ ਜਾਵੇ ਜੀ, ਤੁਹਾਨੂੰ ਕੀ ਦੱਸਾਂਗੇ, ਗਰੀਬੀ ਦਾ ਵੀ ਜੇ ਬੱਚੇ ਵਿਆਹੇ ਨੇ ਅਤੇ ਕੋਈ ਖਰਚ ਨਹੀਂ ਕੀਤਾ। ਮੇਰੇ ਬਾਪ ਨੇ ਮੈਨੂੰ ਵਿਆਹਿਆ 100 ਰੁਪਈਏ 100 ਰੁਪਈਏ 'ਚ, ਮੈਂ ਹਜ਼ਾਰਾਂ 'ਚ ਮੁੰਡੇ ਵਿਆਹ ਦੇ, ਹਜ਼ਾਰਾਂ 'ਚ ਉਹ ਗਾਹਾਂ ਹੁਣ ਆਪਣੇ ਗਾਹਾਂ ਖਰਚ ਬਚਾਈਆਂ ਨੇ। ਮੈਂ ਤਾਂ ਕਹਿੰਦਾ ਖਰਚ ਨੂੰ ਰੋਕਿਆ ਜਾਵੇ। ਹਾਂਜੀ ਬਾਬਾ ਜੀ, ਆਪਾਂ ਛੋਟੇ ਹੁੰਦੇ ਕੀ ਖੇਡਾਂ ਖੇਡਦੇ ਰਹੇ ਹਾਂ? ਅੱਜ ਆਹੀ ਗੁੱਡੀ ਵਾਲਾ ਖੇਡ ਲਏ, ਫੁੱਟਬਾਲ ਖੇਡ ਲਏ, ਦੌੜ ਲਾ ਲਈ, ਆਪਣਾ ਕਬੱਡੀ ਖੇਡ ਲਈ, ਕਿਸੇ ਨਾਲ ਘੁਲ ਲਏ, ਬਸ ਇਹੋ ਜਿਹੇ ਕੰਮ ਕਰਦੇ ਰਹੇ ਹਾਂ। ਠੀਕ ਹੈ ਜੀ। ਇਸ ਤੋਂ ਇਲਾਵਾ ਆਪਣਾ ਕੀ ਸ਼ੌਂਕ ਹੁੰਦਾ ਸੀ? ਸ਼ੌਂਕ ਬਸ ਤੁਹਾਨੂੰ ਦੱਸਿਆ ਵੀ ਪਹਿਲਾਂ ਤਾਂ ਫਿਲਮੀ ਹੀਰੋ ਬਣਨ ਦਾ ਸ਼ੌਂਕ ਸੀ, ਉਸ ਤੋਂ ਬਾਅਦ ਸ਼ੌਂਕੀ ਪੜ੍ਹੇ ਪੁੜੇ ਹੈ ਨਹੀਂ ਗੇ, ਬੰਬਈ ਵੀ ਗਏ 22 ਸਾਲ ਦੀ ਉਮਰ ਦੇ ਵਿੱਚ ਐਕਟਰ ਬਣਨ ਨੂੰ, ਐਕਟਰਾਂ ਨੂੰ ਮਿਲੇ ਵੀ, ਅਤੇ ਉਸ ਤੋਂ ਬਾਅਦ ਫਿਰ ਜਿਉਂ ਥੌੜਾ ਚੱਕਿਆ ਕੋਈ, ਫਿਰ ਮਾੜਾ ਜਿਹਾ ਡਾਇਲੋਗ ਹੋ ਜਾਵੇ। ਹਾਂ ਡਾਇਲੋਗ ਹੋ ਜਾਵੇ, ਚਾਓ ਜੀ ਚੱਕ ਲਓ ਫਿਰ। ਜਵਾਰੀ ਫਿਲਮ ਦਾ ਸੁਣੋ, ਜਵਾਰੀ ਫਿਲਮ ਦਾ ਸੁਣੋ ਜੀ। ਕਹਿੰਦਾ ਹਟ ਜਾ ਵਿਜੇ, ਆਜ ਮੈਂ ਇਸੇ ਐਸੀ ਸਜ਼ਾ ਦੂੰਗਾ, ਜਮਾਨਾ ਦੇਖੇਗਾ। ਕਿਆ ਬਾਤ ਆ, ਇੱਕ ਵਾਰੀ ਤਾੜੀਆਂ ਜੀ ਖਿੱਚ ਕੇ ਜ਼ੋਰਦਾਰ। ਅੱਛਾ ਬਾਬਾ ਜੀ, ਤੁਸੀਂ ਦੱਸੋ, ਜਿਵੇਂ ਖੇਡਾਂ ਤਾਂ ਇਹਨਾਂ ਨੇ ਦੱਸਤੀਆਂ ਵੀ ਤੁਹਾਡੇ ਟਾਈਮ 'ਤੇ ਕਿਹੜੀਆਂ ਹੁੰਦੀਆਂ ਸੀ, ਅੱਜ ਕੱਲ੍ਹ ਕਿਸ ਤਰ੍ਹਾਂ ਦੀਆਂ ਖੇਡਾਂ ਨੇ ਜਵਾਕਾਂ ਦੀਆਂ? ਦੇਖੋ ਜੀ, ਜੇ ਅਸੀਂ ਅੱਜ ਤੋਂ 70 ਸਾਲ ਪਿੱਛੇ ਜਾਈਏ, ਉਸ ਟਾਈਮ 'ਤੇ ਖੇਡਾਂ ਦਾ ਕੋਈ ਬੰਦੋਬਸਤ ਨਹੀਂ ਸੀ। ਮੇਨ ਮਤਲਬ ਸਰੀਰ ਨੂੰ ਫਿਟਨੈਸ ਕਰਨ ਵਾਸਤੇ ਅਸੀਂ ਆਪਣਾ ਗੁੱਲੀ ਡੰਡਾ, ਸ਼ਾਰਟ ਫੁੱਟ ਵਗੈਰਾ, ਕਬੱਡੀ, ਘੋਲ ਕਰ ਲੈਣੇ ਆਪਸ ਦੇ ਵਿੱਚ। ਮਤਲਬ ਇਹ ਹੈ ਕਿ ਸਰੀਰ ਨੂੰ ਫਿਟਨੈਸ ਰੱਖਣ ਦਾ ਇੱਕ ਮੇਨ ਮੁੱਦਾ ਸੀ। ਹੁਣ ਬਹੁਤ ਟੈਕਨੀਕ ਆ ਗਈ, ਹਰੇਕ ਗਰਾਊਂਡ ਅੱਛੇ ਬਣ ਗਏ, ਅੱਛਾ ਇਕੁਪਮੈਂਟ ਆ ਗਿਆ, ਜਿਹਦੀ ਵਜ੍ਹਾ ਦੇ ਨਾਲ ਅਸੀਂ ਅੱਛੇ ਸਪੋਰਟਸਮੈਨ ਬਣ ਸਕਦੇ ਹਾਂ ਅਤੇ ਗਾਹਾਂ ਜਾਣ ਦੇ ਵਧੀਆ ਅੱਛੇ ਚਾਂਸ ਨੇ। ਤਾਂ ਦੋਸਤੋ, ਇਹ ਸੀਗੀ ਪਿੰਡ ਮੰਗਵਾਲ ਦੀ ਸੱਥ, ਜਿੱਥੇ ਅਸੀਂ ਗੱਲਾਂ ਬਾਤਾਂ ਕੀਤੀਆਂ ਸਾਰਿਆਂ ਨਾਲ, ਬਹੁਤ ਸਾਰੇ ਸਵਾਲ ਜਵਾਬ ਹੋਏ ਅਤੇ ਬੜੇ ਵਧੀਆ ਜਵਾਬ ਸਾਨੂੰ ਮਿਲੇ ਨੇ, ਬਹੁਤ ਵਧੀਆ ਸੇਧ ਦੇਣ ਵਾਲੇ ਜਵਾਬ ਵੀ ਵਿੱਚੋਂ ਸੀਗੇ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਅਗਲੇ ਇਤਿਹਾਸਿਕ ਪਿੰਡ ਦੇ ਵਿੱਚ ਤੁਹਾਨੂੰ ਲੈ ਕੇ ਚੱਲਾਂਗੇ। ਉਦੋਂ ਤੱਕ ਆਪਣੇ ਐਂਕਰ ਅਮਰਦੀਪ ਬਾਠ ਨੂੰ ਦਿਓ ਇਜਾਜ਼ਤ, ਦੇਖਦੇ ਰਹੋ ਪ੍ਰੋਗਰਾਮ ਤੁਹਾਡਾ ਪਿੰਡ ਸਿੱਖ ਚੈਨਲ 'ਤੇ ਹਰ ਸ਼ਨੀਵਾਰ ਸ਼ਾਮ 7 ਵਜੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।